ਸਤਗੁਰ ਕੀ ਬੇਨਤੀ ਪਾਈ ਇਹ ਸਤਗੁਰ ਟਰਮ ਜਿਹੜੀ ਹੈ ਨਾ ਇਹ ਬਹੁਤ ਬਰੀਕ ਹੈ ਦੇ ਅੰਦਰ ਮਨ ਨਿਜਕਰ ਅੰਦਰ ਮਰ ਜੋ ਚੁਕਾ ਹੋਇਆ ਹੈ ਨਿਜਕਰ ਦੀ ਮਤ ਦੇ ਅਧੀਨ ਹੋ ਚੁਕਾ ਹੋਇਆ ਉਹਨੂੰ ਕਹਿੰਦੇ ਨੇ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਏ ਸਮਾਨਾ ਸੋ ਜਿਹੜਾ ਸਤਗੁਰ ਟਰਮ ਹੈ ਨਾ ਨਿੱਜ ਘਰ ਦੀ ਮਤ ਲੈ ਕੇ ਮਨ ਸਤਗੁਰ ਦੀ ਮਤ ਵਾਲਾ ਬਣ ਗਿਆ ਔਰ ਮਨ ਆਪਣੇ ਇੰਦਰੀ ਗਿੰਦਰ ਨੂੰ ਕਹਿੰਦਾ ਹੈ ਮਾਨੀ ਇਹ ਸਾਰਾ ਕੰਮ ਕਰਦਾ ਹੈ ਮਨ ਕੀ ਬੇਨਤੀ ਸਤਗੁਰੂ ਨੇ ਸੁਣੀ ਭਾਵ ਅੰਦਰ ਦੇ ਰੱਬ ਜੀ ਨੇ ਸੁਣੀ ਕਨਵੇ ਟੂ ਗੋਡ ਉਪਰਵਾਣ ਹੋ ਗਈ ਇਹਦਾ ਮਤਲਬ ਸੱਚੇ ਦਿਲੋਂ ਵਿਸ਼ਵਾਸ ਭਾਵਨਾ ਨਾਲ ਜੇ ਮੈਂ ਸੋਚਾਂ ਭਗਵਾਨ ਕਰੇ ਉਸ ਦਾ ਨੌਜਵਾਨ ਬੇਟਾ ਮਰ ਜਾਏ ਭਗਵਾਨ ਕਰੇ ਉਸ ਦਾ ਬਿਜ਼ਨਸ ਡਾਊਨ ਹੋ ਜਾਏ ਭਗਵਾਨ ਕਰੇ ਉਹਦੀਆਂ ਟੰਗਾਂ ਟੁੱਟ ਜਾਣ ਕਈ ਲੋਕ ਇਸ ਤਰ੍ਹਾਂ ਕਰਦੇ ਨੇ ਤੁਸੀਂ ਸੁਣਿਆ ਕਿ ਨਹੀਂ ਸੁਣਿਆ ਮੈਂ ਲੋਕਾਂ ਨੂੰ ਸੁਖਮਨੀ ਸਾਹਿਬ ਕਰਦੇ ਸੁਣਿਆ ਸੁਖਮਨੀ ਸਾਹਿਬ ਪੜ ਰਹੀ ਹੈ ਬੀਬੀ ਪੜਦੇ ਆ ਪੜਦੇ ਆ ਵਿਚਾਰ ਉਂਗੂਠਾ ਰੱਖ ਕੇ ਕਹਿੰਦੀ ਹੈ ਉਸ ਨੇ ਮੇਰੇ ਨਾਲ ਇਹ ਕੀਤਾ ਨਾ ਮੈਂ ਸੁਖਮਨੀ ਸਾਹਿਬ ਪੜ ਰਹੀ ਆ ਰੱਬ ਉਹਦੇ ਨਜਵਾਨ ਪੁੱਤਰ ਦੀਆਂ ਟੰਗਾਂ ਪੰਨੇ ਨਾ ਤਾਂ ਮੈਨੂੰ ਚੈਨ ਆਵੇ ਐਸੀਆਂ ਬੇਨਤੀਆਂ ਅਰਦਾਸਾ ਰੱਬ ਜੀ ਨਹੀਂ ਸੁਣ ਦਿੰਦਾ। ਨਾ ਐਸੀ ਕੋਈ ਗੁਰਮਤ ਹੈ। that you think something wrong about others and ਰੱਬ ਜੀ ਤੁਹਾਡੀ ਇਹ ਅਰਦਾਸ ਪੂਰੀ ਕਰਦੇ ਨੇ। ਇਹਨੂੰ ਅਰਦਾਸ ਕਹਿੰਦੇ ਹੀ ਨਹੀਂ ਨੇ। ਇਹ ਪੁਲੇਖਾ ਹੈ ਸਾਨੂੰ। ਰੱਬ ਜੀ ਦੀ ਅਰਦਾਸ ਅਸੀਂ ਰੋਜ਼ ਆਪਣੀ ਅਰਦਾਸ ਵਿੱਚ ਉਹ ਵਾਲੀ ਕਨਸੈਪਟ ਨੂੰ ਸ਼ਾਮਲ ਕੀਤਾ ਹੈ। ਤੇਰੇ ਪਾਣੇ ਸਰਬਤ ਦਾ ਪਲਾ ਅਰਦਾਸ ਵਿੱਚ ਸਰਬਤ ਦਾ ਪਲਾ ਮੰਗਦੇ ਆ ਕਿਸੇ ਦਾ ਬੁਰਾ ਨਹੀਂ ਮੰਨ ਸਕ ਮੰਗ ਸਕਦੇ ਆ ਕਿਉਂਕਿ ਬਾਣੀ ਸਿਖਾਇਆ ਮਨ ਆਪਣੇ ਤੇ ਬੁਰਾ ਮਿਟਾਣਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਤੂੰ ਕਿਸੇ ਦਾ ਬੁਰਾ ਨਾ ਚਿਤਵੇ ਆਕਰ ਤੇਰੇ ਚਿਤ ਨਾਲ ਕੁਛ ਨਹੀਂ ਹੁੰਦਾ ਜੋ ਮੈਂ ਚਿਤਵੋ ਨਾ ਕਰੇ ਕਿਆ ਮੇਰੇ ਚਿਤ ਹੋਏ ਆਪਣਾ ਚਿਤ ਹਾਰ ਕਰੇ ਜੋ ਮੇਰੇ ਚਿਤ ਨਾ ਮੰਦਾ ਨਾ ਚਿਤਵਿਆ ਕਰ ਤੇਰਾ ਅੰਤਰਾਤਮਕ ਖਰਾਬ ਹੋ ਜਾਏਗਾ ਤੇਰੇ ਸੋਚਨੀ ਦਾ ਢੰਗ ਜਗ ਜਗਤ ਖਰਾਬ ਹੋ ਜਾਏਗਾ ਤੇਰੀ ਸੁਰਤ ਮਤਬੂਦ ਖਰਾਬ ਹੋ ਜਾਏਗੀ ਕਿਸੇ ਦਾ ਵਿਗਾੜ ਕਰਨ ਦੀ ਨਾ ਸੋਚਿਆ ਕਰ ਕਿਸੇ ਦੇ ਵਿਗਾੜ ਬਾਰੇ ਵੀ ਨਾ ਸੋਚਿਆ ਕਰ ਜੈਸੀ ਰਚ ਰਚ ਬੰਧਤ ਪਾਗ ਪਾਗ ਇਸ ਪਗੜੀ ਨੂੰ ਨਹੀਂ ਕਹਿੰਦੇ ਨੇ ਪਾਗ ਨਾ ਮਤੋਂ ਦਾ ਪੱਗ ਕਦਮ ਜੋ ਮਨ ਦੇ ਅੰਦਰ ਤੂੰ ਸਟੈਪਸ ਇਕੱਠੇ ਕਰਦਾ ਰਹਿੰਦਾ ਨਾ ਰਚਦਾ ਰਹਿੰਦਾ ਮੈਂ ਫਲਾਣੇ ਨੂੰ ਨਾ ਇੰਜ ਕਰਕੇ ਫਿਰ ਇੰਜ ਫਸਾਵਾਂਗਾ ਫਿਰ ਉਹਦਾ ਇਹ ਬੁਰਾ ਮੈਂ ਕਰਾਂਗਾ ਜੈ ਅਸਿਰ ਰਚ ਰਚ ਬਾਂਧਤ ਪਾਗ ਜੋ ਆਪਣੇ ਦਿਮਾਗ ਮੇਂ ਤੂੰ ਗਲਤ ਖਿਆਲਾਂ ਕੇ ਸਟੈਪਸ ਬਣਾਤਾ ਰਹਤ ਹੈ ਨਾ ਸੋ ਸਿਰ ਚੁੰਚ ਸਵਾਰੇ ਕਾਗ ਕਾਗ ਕੰਦ ਨੇ ਕਾ ਨੂੰ ਕਾ ਗੁਰਮਤੀ ਚ ਵਿਕਾਰਾਂ ਨੂੰ ਕਹਿੰਦੇ ਨੇ ਈਵਲ ਥਾਟਸ ਨੂੰ ਕਹਿੰਦੇ ਕਾਂ ਤੈਨੂੰ ਸਤਾਣਗੇ ਮਰਨ ਤੋਂ ਬਾਅਦ ਨਹੀਂ ਜੀਂਦੇ ਜੀ ਕਾਂ ਤੇਰੇ ਸਿਰ ਤੇ ਚੁੰਝਾਂ ਮਾਰਨਗੇ ਵਿਕਾਰਾਂ 'ਚ ਫਸ ਜਾਏਗਾ ਇਸ ਤਨ ਤਨ ਕੋ ਕਿਆ ਕਰ ਬਈਆ RAM ਨਾਮ ਕਾਹੇ ਨਾ ਡਿੜਈਆ ਕਹਿਤ ਕਬੀਰ ਸੁਨੋ ਮਨ ਮੇਰੇ 에ਹੀ ਹਵਾਲ ਹੋਏਂਗੇ ਤੇਰੇ ਤੂੰ ਆਪਣੇ ਬਾਰੇ ਸੋਚਿਆ ਕਰ ਕਿਸੇ ਦਾ ਮੰਦਾ ਨਾ ਚਿਤੂਆ ਕਰ ਸਾਡੇ ਘਰ ਕਿਉਂ ਵਿਗੜੇ ਹੋਏ ਨੇ ਪਤੀ ਪਤਨੀ ਦਾ ਮੰਦਾ ਚਿਤੁਦਾ ਪਤਨੀ ਪਤੀ ਦਾ ਮੰਦਾ ਚਿਤੁਦੀਆ ਸਾਡੀ ਘਰਾਂ ਵਿੱਚ ਨੂੰ ਸਾਸ ਦਾ ਮੰਦਾ ਚਿਤੂਦੀ ਹੈ ਸਾਸ ਨੂੰ ਦਾ ਮੰਦਾ ਚਿਤੂਦੀ ਹੈ ਔਰ ਕਈ ਜਗ੍ਹਾ ਤੇ ਦੇਖਣ ਨੂੰ ਮਿਲਦਾ ਦੋ ਭਰਾ ਆਪਸ ਹੀ ਜੀ ਜੂਦੇ ਦਾ ਮੰਦਾ ਚਿਤੂਦੇ ਅਸੀਂ ਸਰਬੱਤ ਦਾ ਭਲਾ ਕਦੋਂ ਮੰਗਾਗੇ ਜਮਦੂਤ ਕਾਲ ਨਿਖੰਜਨ ਉਸ ਵੇਲੇ ਕੰਬੈਟ ਕਰਨਾ ਆ ਜਾਏ ਇਹ ਵਾਲੀ ਜਦੋਂ ਬੇਨਤੀ ਰੱਬ ਜੀ ਸੁਣ ਹੀ ਲੈਂਦੇ ਨੇ ਜ਼ਰੂਰ ਸੁਣਦੇ ਨੇ ਹੱਥ ਪੈ ਨੇਰੇ ਹੋ ਕੇ ਸੁਣਦੇ ਨੇ ਨੀੜਾ ਹੈ ਦੂਰ ਨਹੀਂ ਦੇ ਦੂਰ ਨਹੀਂ ਨੇ ਰੱਬ ਜੀ ਬਿਲਕੁਲ ਇੱਕ ਤੇਰੀ ਸincere ਮੰਗ ਜ਼ਰੂਰ ਸੁਣਦੇ ਨੇ ਪੂਰੀ ਕਰ ਦਿੰਦੇ ਨੇ ਕਿ ਤੂੰ ਸਰਬੱਤ ਦਾ ਭਲਾ ਚਾਹਨਾ ਹੈ ਲੋ ਤੇਰੇ ਮਨ ਦੀ ਐਸੀ ਅਵਸਥਾ ਸਤਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਰੱਬ ਜੀ ਐਸੀ ਅਰਦਾਸ ਸੁਣ ਲੈਂਦੇ ਨੇ ਪਰਵਾਹ ਨਹੀਂ ਜੰਦੀ ਇਫ ਵੀ ਆਰ ਸincere ਟੂ ਇੰਪਰੂਵ ਆਵਰ self ये वाली बेनती प्रवान होती ही होती है कोई रुकावट नहीं पा सकता इफ आई वॉन्ट टू बी स्पिरिचुअल नो बडी कैन स्टॉप मी शर्त मे मेरे त लागू है कि तू स्पिरिचुअल होना चाहना है हर तार कृपा सतगुर मिलाया ਤਨ ਤਨ ਕਹਿ ਸ਼ਾਬਾਸ਼ ਜੀ ਜਦੋਂ ਮਨ ਦੀ ਬੇਨਤੀ ਕੀਤੀ ਸਦਕੇ ਕਿਰਪਾ ਵਿਜ਼डम ਮਿਲ ਜਾਂਦੇ ਆ ਵਿਜ਼डम ਵਾਲੇ ਮਨ ਨੂੰ ਜਮਾ ਤੋਂ ਜਿੱਤ ਦੇ ਕਾਰਨ ਸ਼ਾਬਾਸ਼ੇ ਮਿਲਦੀ ਹੈ ਸ਼ਾਬਾਸ਼ੇ ਦਾ ਮਤਲਬ ਕੀ ਹੁੰਦਾ ਕੋਈ ਆ ਕੇ ਵਾਹ ਬਈ ਵਾਹ ਸ਼ਾਬਾਸ਼ ਨਹੀਂ ਕਹਿੰਦਾ ਸ਼ਾਬਾਸ਼ੇ ਦਾ ਮਤਲਬ ਹੈ ਮਨ ਵਿਕਾਸ ਖੇੜੇ ਚ ਆ ਜਾਂਦਾ ਹੈ ਨਾਮੇ ਦੇਖ ਨਰਾਇਣ ਹੱਸੈ ਮਨ ਜੋ ਜੋ ਸੰਤੋਖੀ ਹੁੰਦਾ ਜਾਂਦਾ ਹੈ ਵਿਗਾਸ ਵਾਲਾ ਬਣਦਾ ਜਾਂਦਾ ਹੈ ਖੇੜੇ ਵਾਲਾ ਬਣਦਾ ਜਾਂਦਾ ਹੈ ਹੈਪੀਨੈਸ ਆਉਂਦੀ ਜਾਂਦੀ ਹੈ ਤਾਂ ਤਨ ਕਹਿ ਸ਼ਾਬਾਸ਼ ਜੋ ਵਿਜ਼डम ਵਾਲੇ ਮਨ ਨੂੰ ਜਮਾ ਤੋਂ ਜਿੱਤ ਦੀ ਅਵਸਥਾ ਪ੍ਰਾਪਤ ਕਰਨ ਸਤ ਕਾ ਸ਼ਾਬਾਸ਼ੇ ਮਿਲਦੀ ਹੈ ਜਦੋਂ ਨਿਮਰਤਾ ਚ ਸਿਨਸੀਅਰਲੀ ਬੇਨਤੀ ਕਰੋ ਤਾਂ ਵਿਜ਼डम ਐਂਡ ਕੰਟੈਂਟਮੈਂਟ ਕਰਨੀ ਆ ਜਾਂਦੀ ਹੈ ਜਮਾ ਦੇ ਨਾਲ ਕੰਬੈਟ ਕਰਨਾ ਜਾਂਦਾ ਹੈ ਮਾਨੋ ਰੱਬੀ ਦਰ ਤੇ ਮਾਣ ਪ੍ਰਾਪਤ ਹੁੰਦਾ ਹੈ ਜੀਂਦੇ ਜੀ ਅਸੀਂ ਪਹਿਲੇ ਦਿਨ ਤੋਂ ਬਾਰ ਬਾਰ ਡਿਸਕਸ ਕਰ ਰਹੇ ਹਾਂ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ ਰੱਬ ਜੀ ਅੰਦਰ ਰਹਿੰਦੇ ਨੇ ਅੰਦਰ ਹੀ ਰੱਬ ਜੀ ਦੀ ਦਰਗਾਹ ਹੈ ਅੰਦਰ ਹੀ ਰੱਬ ਜੀ ਦਾ ਦਰ ਹੈ ਉੱਥੇ ਮਨ ਹਰ ਜਨ ਬਣ ਕੇ ਪਰਵਾਨ ਹੋ ਜਾਂਦਾ ਹੈ ਜੇ ਹਰ ਜਨ ਨਹੀਂ ਬੰਦਾ ਖੋਟੀ ਸੱਟੀਆਂ ਬਾਰ-ਬਾਰ ਇੰਪਿਉਰਿਟੀਆਂ ਦੇ ਕਾਰਨ ਅੰਦਰ ਦਰ ਤੇ ਐਂਟਰ ਨਹੀਂ ਕਰ ਸਕਦਾ ਪਰ ਜੀਂਦੇ ਦੀ ਮੁਕਤ ਅਵਸਥਾ ਪ੍ਰਾਪਤ ਕਰਨੀ ਹੈ ਇਸ ਲਈ ਜੀਵਤਿਆਂ ਮਰ ਰਹੀ ਹੈ ਇਸ ਨੇ ਸਿੱਖਿਆ ਜੀਵਤਿਆਂ ਮਰ ਰਹੀ ਵਾਸਤੇ ਆਪਣੀ ਇੰਪਿਉਰਿਟੀਆਂ ਨੂੰ ਖਤਮ ਕਰਨਾ ਪੈਂਦਾ ਹੈ ਇਹ ਅੰਦਰ ਦਰ ਵਿੱਚ ਹਰ ਧਾਰ ਕਿਰਪਾ ਸਤਗੁਰੂ ਮਿਲਾਇਆ ਤਨ ਤਨ ਕਹਿ ਸ਼ਾਬਾਸ਼ ਜੀਓ ਇਸ ਨੂੰ ਮਾਣ ਮਿਲਦਾ ਹੈ ਪਦਾ ਤੀਜਾ